ਜਲੰਧਰ ਦੇ ਕੋਟ ਬਾਬਾ ਦੀਪ ਸਿੰਘ ਨਗਰ ਵਿੱਚ ਇੱਕ ਵਿਅਕਤੀ ਤੇ ਉਸ ਦੇ ਬੇਟੇ ਅਤੇ ਨੂੰਹ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਪੀੜਤ ਨੂੰ ਸੜੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਸੂਚਨਾ ਮਿਲਣ ਤੇ ਥਾਣਾ ਡਿਵੀਜ਼ਨ ਨੰਬਰ 8 ਦੇ ASI ਰਮੇਸ਼ ਕੁਮਾਰ ਮੌਕੇ ਤੇ ਤਫਤੀਸ਼ ਕਰਨ ਪਹੁੰਚੇ। ਜ਼ਖਮੀ ਵਿਅਕਤੀ ਦਾ ਨਾਂ ਸੁਦਾਗਰ ਸਿੰਘ ਹੈ। ਉਸ ਨੇ ਪੁਲਿਸ ਨੂੰ ਬਿਆਨ ਵਿੱਚ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਉਹ ਘਰ ਆਇਆ ਤਾਂ ਉਸ ਨੇ ਘਰ ਆ ਕੇ ਰੋਟੀ ਮੰਗੀ ਤਾਂ ਉਸ ਦੇ ਬੇਟੇ ਅਤੇ ਨੂੰਹ ਨੇ ਉਸ ਨਾਲ ਝਗੜਾ ਕੀਤਾ। ਇਸ ਤੋਂ ਬਾਅਦ ਉਸ 'ਤੇ ਮਿੱਟੀ ਦਾ ਤੇਲ ਸੁੱਟ ਕੇ ਉਸ ਨੂੰ ਅੱਗ ਲਗਾ ਦੀ ਕੋਸ਼ਿਸ਼ ਕੀਤੀ। ਸੁਦਾਗਰ ਸਿੰਘ ਦੇ ਬਿਆਨ 'ਤੇ ਉਸ ਦੇ ਬੇਟੇ ਕਰਮਪਾਲ ਸਿੰਘ ਅਤੇ ਨੂੰਹ ਅੰਜਲੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸਾਜਨ ਦੀ ਰਿਪੋਰਟ। ਮੈਂ ਕਮਲਜੀਤ ਸਿੰਘ ਦਾ ਭਰਾਵਾਂ, ਇਹਦਾ ਮੇਰਾ ਪੈਸਾ ਰਿਹਾ, ਸਾਡੇ ਪੈਸਾ ਦੀ ਨੂੰਹ ਆ, ਨਾ ਕੋਈ ਸੱਸ ਆ, ਨਾ ਨਾਣ ਆ, ਨਾ ਦਿਓਰ ਆ, ਨਾ ਜੇਠ ਆ, ਕੋਈ ਨਹੀਂ ਹੈਗਾ, ਚੱਲੀ ਚੱਲਾ ਗਲਾ ਸੋ ਰਹੀ ਹੈ ਬਸ। ਉਹਨੂੰ ਬਹੁਤ ਪਰੇਸ਼ਾਨ ਕਰਦੀ ਸੀ, ਅੱਜ ਉਹਨਾਂ ਨੇ ਹਾਰ ਕੇ ਤੇਲ ਪਾ ਕੇ ਸਹੁਰੇ ਨੂੰ ਸਾੜਤਾ। ਸੱਸ, ਪਿਓ ਅਤੇ ਨਾਨੀ ਤੁਰੀ ਦੀ, ਇਹ ਤਿੰਨੇ ਨੇ ਚਾਰੇ ਨੇ ਬਹੁਤ ਪਰੇਸ਼ਾਨ ਕਰਦੇ ਹਨ। ਮੁੰਡੇ ਨੂੰ ਉਹਨਾਂ ਨੇ ਆਪਣੇ ਵੱਲ ਦਾ ਕਰ ਦਿੱਤਾ ਹੈ, ਪਤਾ ਨਹੀਂ ਕੀ ਕੀਤਾ ਹੈ, ਮੁੰਡੇ ਨੂੰ ਜੋ ਆਖਦੇ ਨੇ ਮੁੰਡਾ ਉਹੀ ਕਰੀ ਜਾਂਦਾ। ਇਸ ਵਾਸਤੇ ਵੀ ਹੁਣ ਅੱਜ ਇਹੋ ਜਿਹੀ ਪਹੁੰਚੀ ਹਰਕਤ ਵੀ ਉਹਨਾਂ ਨੇ ਤੇਲ ਪਾਇਆ ਸਾੜ ਵੀ। ਅਸੀਂ ਆਪਣੇ ਆਪਣੇ ਘਰਾਂ 'ਚ ਸੁੱਤੇ ਸਾਂ, ਔਰ ਆਂਢੀ ਗੁਆਂਢੀ ਭੱਜੇ ਨੇ ਜਾ ਕੇ ਸਾਨੂੰ ਰੌਲਾ ਪਾਇਆ ਵੀ ਉਹਨਾਂ ਸਾੜਦਾ ਆ, ਨੂੰ ਉਹਦੀ ਨੇ ਤੇਲ ਪਾਤਾ ਆ ਅਤੇ ਤੁਸੀਂ ਜਾ ਪਜਾਓ। ਸਾਰਾ ਮੁੰਡਾ ਬਿਠਾਇਆ ਆ, ਜਾ ਮੁੰਡੇ 'ਚ ਵੇਖ ਲਓ, ਜਾ ਸਾਰਾ ਮੁੰਡਾ ਇਸ ਟਾਈਮ ਬਿਠਾਇਆ ਹੋਇਆ ਅਤੇ ਉਹਨਾਂ ਨੇ ਸਾੜਦਾ, ਅਸੀਂ ਲੈ ਜਾਏ ਆ ਇੱਥੇ। ਦੱਸਿਓ ਕੀ ਮਾਮਲਾ ਸੀਗਾ ਜੀ? ਇਹ ਕੱਲ੍ਹ ਰਾਤੀ ਲੀਡਰ ਆਪਣੇ ਇੱਕ ਇਤਲਾਹ ਮਿਲੀ ਸੀਗੀ ਕਿ ਇੱਕ ਸੁਦਾਗਰ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ ਨਾਮ ਦਾ ਵਿਅਕਤੀ ਸੜੀ ਹੋਈ ਹਾਲਤ ਦੇ ਵਿੱਚ ਸਿਵਲ ਹੋਸਪਿਟਲ ਜਲੰਧਰ ਵਿੱਚ ਦਾਖਲ ਹੈ। ਜੋ ਇਸ ਦਾ ਬਿਆਨ ਹਾਸਲ ਕਰਨ ਵਾਸਤੇ ASI ਰਮੇਸ਼ ਕੁਮਾਰ ਸਿਵਲ ਹੋਸਪਿਟਲ ਜਲੰਧਰ ਗਿਆ ਸੀਗਾ। ਜੋ ਸੁਦਾਗਰ ਸਿੰਘ ਨੇ ਆਪਣਾ ਬਿਆਨ ਦਿੱਤਾ ਹੈਗਾ ਕਿ ਕੱਲ੍ਹ 10 ਤਰੀਕ ਨੂੰ ਈਵਨਿੰਗ ਜਦੋਂ ਆਪਣੇ ਘਰ ਆਇਆ ਤਾਂ ਉਹਨੇ ਖਾਣ ਵਾਸਤੇ ਰੋਟੀ ਮੰਗੀ ਅਤੇ ਜਿਹੜਾ ਉਹਦਾ ਬੇਟਾ ਅਤੇ ਉਹਦੀ ਨੂੰਹ ਨੇ ਉਹਦੇ ਨਾਲ ਬਦਕਲਾਮੀ ਕੀਤੀ ਅਤੇ ਉਹਦੇ ਉੱਪਰ ਜਿਹੜਾ ਹੈਗਾ ਤੇਲ ਪਾਇਆ ਹੈਗਾ, ਤੇਲ ਪਾ ਕੇ ਉਹਨੂੰ ਸਾੜਤਾ ਹੈਗਾ। ਤੋ ਸੁਦਾਗਰ ਸਿੰਘ ਦੇ ਬਿਆਨ ਦੇ ਉੱਤੇ ਅਸੀਂ ਜਿਹੜੀ FIR ਨੰਬਰ 202 ਅੰਡਰ ਸੈਕਸ਼ਨ 307 IPC ਦਾ ਰਜਿਸਟਰ ਕੀਤੀ ਹੈ ਅਤੇ ਦੋਸ਼ੀ ਜਿਹੜੇ ਹੈਗੇ ਆ ਕਰਮਪਾਲ ਸਿੰਘ ਜਿਹੜਾ ਕਿ ਸੁਦਾਗਰ ਸਿੰਘ ਦਾ ਬਤਮੰਨਾ ਬੇਟਾ ਹੈਗਾ ਵਾ ਅਤੇ ਉਹਦੀ ਜਿਹੜੀ ਵਾਈਫ ਅੰਜਲੀ ਹੈਗੀ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ। ਓਕੇ ਸਰ।